ਸਵਾਗਤ ਆ ਦੋਸਤੋ ਆਜ਼ਾਦ ਡੇਅਰੀ ਫਾਰਮ ਦੇ ਵਿੱਚ। ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨੰਬਰਾਂ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 9780202013। ਅੱਜ ਦੀ ਵੀਡੀਓ ਪਿੰਡ ਟਹਿਣਾ ਤਹਿਸੀਲ ਅਤੇ ਜ਼ਿਲ੍ਹਾ ਨੂੰ ਫਰੀਦਕੋਟ ਰਹਿੰਦਾ। ਟਹਿਣਾ ਦੋਸਤੋ ਜੇ ਫਰੀਦਕੋਟ ਤੋਂ ਮੁਦਕੀ ਵੱਲ ਨੂੰ ਵੱਜੇ ਤਾਂ ਫਰੀਦਕੋਟ ਦੇ ਬਿਲਕੁਲ ਨਜ਼ਦੀਕ ਹੀ ਰਹਿੰਦਾ। ਅਤੇ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਦੋ ਨਗ ਪਕਾਊ ਆ। ਇੱਕ ਤੁਸੀਂ ਸਾਹਮਣੇ ਸਕਰੀਨ 'ਤੇ ਦੇਖ ਰਹੇ ਹਾਂ ਵੱਡੇ ਕੱਦ ਘਾਟ ਵਾਲੀ ਫਾਰਮ ਵਾਲੀ ਫੈਟ ਆ, ਇੱਕ ਇੱਧਰ ਸਾਹਮਣੇ ਸਕਰੀਨ 'ਤੇ ਦੇਖ ਰਹੇ ਇਹ ਵੀ ਚੰਗੇ ਦੁੱਧ ਵਾਲੀ ਆ, ਦੋਨੇ ਚੰਗੀਆਂ ਫੈਟ ਆ। ਮੁੱਲ ਵੀ ਬਾਈ ਦਾ ਜਾਇਜ਼ ਰਹਿਣ ਵਾਲੇ ਆ। ਗੱਲਾਂ ਬਾਤਾਂ ਆਪਾਂ ਬਾਈ ਨਾਲ ਕਰ ਲੈਂਦੇ ਹਾਂ। ਆ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਅਤੇ ਐਡਰੈਸ ਦਾ? ਨਾਂ ਸੁਖਦੀਪ ਸਿੰਘ, ਪਿੰਡ ਟਹਿਣਾ, ਜ਼ਿਲ੍ਹਾ ਫਰੀਦਕੋਟ, ਤਹਿਸੀਲ ਵੀ ਫਰੀਦਕੋਟ ਜੀ। ਮੋਬਾਈਲ ਨੰਬਰ 9464482248। 9464482248 ਜੀ। ਠੀਕ ਹੈ ਦੋਸਤੋ, ਬਾਈ ਦਾ ਨੰਬਰ ਥੱਲੜਲੇ ਪਾਸੇ ਚੱਲਦਾ ਰਹਿਣਾ ਸਕਰੀਨ 'ਤੇ। ਜਿਹੜੇ ਵੀ ਨੂੰ ਜਿਹੜਾ ਜਾਨਵਰ ਪਸੰਦ ਆਵੇ ਤੁਸੀਂ ਥੱਲੜਲੇ ਨੰਬਰ ਨਾਲ ਸੰਪਰਕ ਕਰ ਲਿਓ। ਅਤੇ ਆਪਾਂ ਗੱਲਬਾਤ ਕਰ ਲਈਏ ਬਾਈ, ਜਿਹੜੀ ਆਹ ਇੱਕ ਨੰਬਰ ਵੈੜ ਦੇਖ ਰਹੇ ਹਾਂ ਪੂਰੇ ਵੱਡੇ ਕੱਦ ਕਾਠ ਵਾਲੀ, ਹਾਂਜੀ, ਅਤੇ ਇਹਦੀ ਕੀ ਡਿਟੇਲ ਆ, ਕਿੰਨਵਾਂ ਸੂਆ ਸੂਈ ਹੈ ਇਹ? ਬਾਈ ਆਪਾਂ ਫਾਰਮ 'ਚੋਂ ਵੈੜ ਲਈ ਆ ਫਿਰੋਜ਼ਪੁਰ ਤੋਂ। ਠੀਕ ਹੈ ਬਾਈ। ਅਤੇ ਅਗਲੇ ਨੇ ਆਪਾਂ ਨੂੰ ਤਾਂ ਮੰਨ ਲਓ ਵੀ ਦੂਜੇ ਸੂਏ ਵਾਸਤੇ ਸੀਮਨ ਲੱਗਿਆ ਦੱਸਿਆ, ਇੱਕ ਪਰਸੋਂ ਲੱਗਿਆ ਅਤੇ ਇੱਕ ਚੌਥੇ ਲੱਗਿਆ। ਠੀਕ ਆ। ਅਤੇ ਬਾਕੀ ਆਪਾਂ ਦੂਜੇ ਮੰਨ ਲਈਏ ਜਾਂ ਤੀਜੇ ਮੰਨ ਲਈਏ ਉਹ ਆਪਣੀ ਸਮਝ ਆ। ਜਿਹੜਾ ਇਹਦੇ ਥੱਲੇ ਦੁੱਧ ਸੀ 10 ਕਿਲੋ ਸੀਗਾ, ਥੋੜ੍ਹਾ ਹੀਟ ਚੋਣੇ ਕਰਕੇ ਵੀ 2 ਕਿਲੋ ਘਟਾ ਗਈ। ਠੀਕ ਆ। ਅਤੇ ਇਸ ਟਾਈਮ ਦੁੱਧ ਇਹਦੇ ਥੱਲੇ 8 ਕਿਲੋ ਜਿਹੜਾ ਕੰਡੇ ਦੇ ਤੋਲਣ ਵਾਲਾ। ਅੱਛਾ, 8 ਕਿਲੋ ਭਾਵੇਂ ਕੋਈ 2 ਟਾਈਮ ਚਵਾਈ ਭਾਵੇਂ 4 ਟਾਈਮ ਕਰੇ ਕੋਈ ਚਵਾਈ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ। ਅਤੇ ਥਣਾਂ ਦੀ ਕਿਵੇਂ ਬਾਈ? ਜਮਾਂ ਗਰੰਟੀ ਆ ਵੀਰੇ ਆਪਣੀ ਥਣਾਂ ਦੀ। ਬਾਕੀ ਆਪਾਂ ਠੰਡੀ ਸੀਲ ਪੂਰੀ ਠੰਡੀ ਸੀਲ ਆ ਧਾਰਾ ਮਾਰ ਕੇ ਵਿਖਾ ਦਿੰਦੇ ਹਾਂ। ਠੀਕ ਆ, ਧਾਰਾ ਮਾਰ ਕੇ ਠੰਡੀ ਸੀਲ ਆ ਦੋਸਤ, ਥਣਾਂ ਦੀ ਓਕੇ। ਥਣਾਂ ਵੱਲੋਂ ਬਾਈ ਇਹਨਾਂ ਬੇਫਿਕਰ ਹੋ ਕੇ ਆ ਜਾਇਓ, ਬਾਕੀ ਸੂਆ ਸੂਆ ਜਾਨਵਰ ਆ। ਧਾਰਾ ਮਾਰਕੀਟ ਨੂੰ ਬਾਈ ਨੇ ਦਿਖਾਈ ਦਿੱਤੀਆਂ ਧਾਰਾਂ ਤੁਹਾਡੇ ਸਾਹਮਣੇ ਆ, ਮੋਟੀ ਧਾਰਾ ਲਓ ਜੀ, ਚੈੱਕ ਕਰ ਲਓ। ਤੋਰ ਦੀ ਬਾਈ ਮੜਾ ਇਹਨੂੰ ਕੱਢ ਲਈ, ਸੀਮਨ ਇਹਦੇ ਲੱਗਿਆ, ਇੱਕ ਪਰਸੋਂ ਲੱਗਿਆ ਦੋਸਤੋ, ਇੱਕ ਚੌਥੇ ਲੱਗਿਆ ਹੈਗਾ। ਅਤੇ ਫਾਰਮ ਵਾਲਿਆਂ ਨੇ ਬਾਈ ਨੇ ਦੱਸਿਆ ਵੀ ਇੱਥੋਂ ਆਈ ਆ, ਮਾਲਕ ਦੇ ਦੱਸਣ ਦੇ ਮੁਤਾਬਕ ਬਾਈ ਇਹਦਾ ਵੀ ਦੂਜੇ ਸੂਏ ਲਈ ਸੀਮਨ ਲੱਗਿਆ। ਪਹਿਲਾ ਸੂਆ ਸੂਈ ਆ, ਤੁਸੀਂ ਆਪਦੀ ਸਮਝ ਨਾ ਸਮਝਣੀ ਵੀ ਦੂਜਾ ਸੂਆ ਸੂਈ ਆ ਜਾਂ ਪਹਿਲਾ ਸੂਆ ਸੂਈ ਆ। ਬਾਕੀ ਕੱਦ ਘਾਟ ਵੱਡਾ ਹੀ ਆ ਬਾਈ ਦੇ, ਕੱਦ ਤੋਂ ਅੰਦਾਜ਼ਾ ਲਾ ਲਓ ਕੋਈ ਛੋਟੀ ਵੈੜ ਨਹੀਂ ਮਿਲਣੀ, ਟਰੱਕ ਜਿੱਡੀ ਵੈੜ ਆ। ਵੇਲ ਵੀ ਬਹੁਤ ਚੰਗੀ ਆ, ਲੰਬਾਈ ਸ਼ੁਰੂ ਕਰ ਲਈਏ ਪਿੱਛੇ ਮੂੰਹ ਤੋਂ ਲੈ ਕੇ ਪੋਸ਼ ਤੀਕਰ ਪੂਰੀ ਲੰਬਾਈ 'ਚ ਆ, ਵਜਨ ਜਾਣ 'ਚ ਪੂਰੀ ਆ। ਤੁਹਾਨੂੰ ਪਿੱਠ ਪੂੜਾ ਵੀ ਦਿਖਾਉਂਦੇ, ਤੁਹਾਨੂੰ ਸਮਝ ਹੀ ਆਉਂਦੀ ਨੇ ਅੱਗੇ ਤੋਂ ਲੈ ਕੇ ਪਿੱਛੇ ਤੀਕਰ। ਕੱਦ ਘਾਟ ਪੂਰਾ ਡਬਲ ਆ, ਠੰਡੀ ਸੀਲ ਫੁੱਲ ਆ, ਥਣਾਂ ਦੇ ਸਿਆਈ ਵੀ ਸੋਹਣੇ, ਥਣ ਹਵਾਲਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ, 4 ਹੀ ਥਣ ਲੱਗੇ ਹੋਏ, ਚੈੱਕ ਕਰ ਲਓ ਠੰਡੀ ਸੀਲ। ਬਾਕੀ ਥੋੜ੍ਹੀਆਂ ਜਿਹੀਆਂ ਨਾ ਆਪਣੇ ਕੋਲ ਹਜੇ ਅੱਜ ਹੀ ਲਾਈਆਂ, ਤੇਰੇ ਸਾਹਮਣੇ ਲੱਥੀਆਂ ਵੈੜਾਂ, ਉਹਦੇ ਕਰਕੇ ਥੋੜ੍ਹਾ ਹੰਭ ਜਾਂਦਾ ਪਸ਼ੂ ਵਾੜ ਤੋਂ ਆਇਆ ਕਰਕੇ। ਠੀਕ ਹੈ। ਤੇ ਥੋੜ੍ਹਾ ਜਿਹਾ ਹਵਾਨਾ ਵੀ ਆਪਦਾ ਮੰਨ ਲਓ ਚੜਾ ਜਾਂਦੇ ਪਸ਼ੂ ਫਿਰ ਜਦੋਂ ਆਉਂਦੇ ਆ। ਠੀਕ ਆ। ਤੇ ਜਿਹੜੀ ਚੀਜ਼ ਮੰਨ ਲਾ ਵੀ ਹੈਗੀ ਹਜੇ ਵੀਡੀਓ 'ਚ ਉਹ ਚੀਜ਼ ਗੱਲਬਾਤ ਆਉਣੀ ਨਹੀਂ, ਇਦੋਂ ਤਾਂ ਦੁੱਗਣੀ ਦੁੱਗਣੀ ਬਣਦੀ ਆ ਇਹ। ਠੀਕ ਆ ਦੋਸਤੋ, ਸਫ਼ਰ ਦਾ ਵੀ ਕਈ ਵਾਰ ਹੋ ਜਾਂਦਾ ਵਿਹੜਾ ਅੱਜ ਹੀ ਆਉਂਦਾ ਥੋੜ੍ਹਾ ਸਮਾਂ ਪਹਿਲਾਂ। ਅਤੇ ਬਾਕੀ ਤੁਸੀਂ ਵਿਹੜ ਦੇਖੋਗੇ ਬਿਊਟੀ ਦੇ ਪੱਖ ਤੋਂ ਵੀ ਫੇਸ ਕੁਆਲਿਟੀ ਚੈੱਕ ਕਰ ਲਓ, ਛੋਟਾ ਕੰਨ ਆ, ਪ੍ਰਿੰਟ ਵੀ ਬਹੁਤ ਚੰਗਾ ਲੱਗਿਆ ਹੋਇਆ, ਟੈਗ ਵਾਲੀ ਵਿਹੜ ਆ। ਅਤੇ ਵਿਹੜ ਦੇ ਖੜ੍ਹਨੀ ਤੁਸੀਂ ਦੱਸਦੀ ਆ ਵੀ ਸਿੱਧੀ ਹੱਡੀ ਦੇ ਸਟੇਟ ਹੱਡੀ ਆ, ਕਿਸੇ ਪਾਸੋਂ ਤੁਹਾਨੂੰ ਕੋਈ ਕਮੀ ਨਹੀਂ ਮਿਲਣੀਗੀ। ਵੱਡੇ ਕੱਦ ਕਾਠ ਵਾਲੀ ਬਾਈ, ਮਾੜਾ ਜਿਹਾ ਹੋ ਜੀ ਸਾਹਮਣੇ, ਕੱਦ ਦਿਖਾ ਦਈਏ ਆਪਾਂ ਇਹਦਾ। ਲਓ ਜੀ, ਤੁਸੀਂ ਬਾਈ ਦੇ ਕੱਦ ਤੋਂ ਅੰਦਾਜ਼ਾ ਲਾ ਲਓ ਪੂਰਾ ਡਬਲ ਕੱਦ ਆ। ਅਤੇ ਵੇਲ ਵੀ ਬਹੁਤ ਚੰਗੀ, ਲੰਬੀ ਵੀ ਬਹੁਤ ਆ, 8 ਕਿਲੋ ਦੁੱਧ ਆ। ਅਤੇ ਬਾਈ ਇਹਦਾ ਮੁੱਲ ਦੀ ਗੱਲ ਕਰ ਲੱਗੇ ਫਿਰ ਮੁੱਲ ਕੀ ਰਹਿਣ ਵਾਲਾ? ਬਸ 2700 ਮਾਨਤਾਨ ਹੀ ਹੋਣਾ ਇਹਦਾ ਵੀਰੇ। ਠੀਕ ਆ ਦੋਸਤੋ, 2700 ਮਾਨਤਾਨ ਹੋ ਜਾਊਗਾ ਤੁਹਾਡਾ। ਅਤੇ ਖਾਲੀ ਮੰਨ ਕੇ ਬਾਈ ਨੇ ਦੇਣੀ ਹੈ, ਕਿਉਂਕਿ ਹਜੇ ਸੀਮਨ ਲੱਗੇ ਨੂੰ 2 ਦਿਨ ਹੀ ਹੋਏ ਆ। ਅਤੇ ਖਾਲੀ ਮੰਨ ਕੇ ਤੁਸੀਂ ਲੈ ਜਾਓ, ਅੱਗੇ ਤੁਹਾਡੀ ਕਿਸਮਤ ਆ। ਅੱਗੇ ਗੱਲਬਾਤ ਕਰ ਲੈਂਦੇ ਹਾਂ ਜੀ 2 ਨੰਬਰ ਵੈੱਡ ਪਰ। ਇਹ ਵੀ ਬਾਈ ਉਹਨੇ ਦੂਜਾ ਸੂਆ ਸੂਈ ਦੱਸੀ ਹੋਈ ਆ। ਠੀਕ ਆ ਬਾਈ, ਇਹਦੇ ਥੱਲੇ ਦੁੱਧ ਜਿਹੜਾ 11 ਲੀਟਰ ਇਸ ਟਾਈਮ ਕੰਡੇ ਦੇ ਤੋਲਣ ਵਾਲਾ, ਤੇ ਆਪਾਂ 10 ਕਹਿ ਕੇ ਦੇਵਾਂ, ਕਿਉਂ 1-2 ਦਿਨ ਮੰਨ ਲਾ ਵੀ ਪਸ਼ੂ
ਆ ਕੇ ਜੀਵ ਨਹੀਂ ਲਾਉਂਦਾ ਗਾ ਅਤੇ ਕਈ ਵਾਰ ਪਿੱਛੋਂ ਹੁਣ ਮੇਰੇ ਕੋਲ ਤਾਂ ਆਚਾਰ ਆ ਅਤੇ ਕਈ ਵਾਰ ਪਿੱਛੋਂ ਪਸ਼ੂ ਹਰੇ 'ਤੇ ਤੁਰਿਆ ਹੁੰਦਾ ਹੈ ਨਾ, ਇੱਕ ਵਾਰੀ ਪੱਠੇ ਦੱਥੇ ਦਾ ਵੀ ਫਰਕ ਪੈਂਦਾ, ਫੀਡ ਦਾ ਵੀ ਫਰਕ ਪੈਂਦਾ, 10 ਮੰਨ ਕੇ ਆਵੇ ਜਿਹਨੇ ਵੀ ਆਉਣਾ। ਕਿੰਨਾ ਸਮਾਂ ਹੋ ਗਿਆ ਸੂਈ ਉਹ? ਅਗਲਿਆਂ ਨੇ ਤਾਂ ਆਪਾਂ ਨੂੰ ਬਾਈ 2 ਕੁ ਮਹੀਨੇ ਦੱਸਿਆ, 2 ਤੋਂ 2.5 ਮਹੀਨੇ ਠੀਕ, ਅਤੇ ਹੀਟ 'ਚ ਕਹਿੰਦੇ ਆਉਣ ਵਾਲੀ ਆ ਵੀ ਪਹਿਲੇ ਸੀਮੰਤੀ ਗੱਭਾ ਰਹਿ ਜਾਂਦੀ ਇਹ, ਬਾਕੀ ਹੁਣ ਕਿਸਮਤ ਆ ਬਾਈ ਅਗਲੇ। ਠੀਕ ਹੈ ਸਹੀ ਹੈ, ਕੱਢ ਲਈ ਬਾਹਰ। ਦੋਸਤੋ ਦੂਜਾ ਸੂਆ ਸੂਈ ਬਾਈ, ਬਾਈ ਦੱਸਦਾ ਵੀ ਦੁੱਧ ਤਾਂ 11 ਕਿਲੋ ਸੀਗਾ ਪਰ ਤੁਸੀਂ 10 ਮੰਨ ਕੇ ਆ ਜਾਓ, ਜਿਵੇਂ ਬਾਈ ਨੇ ਦੱਸਿਆ ਪਹਿਲਾਂ ਹੀ ਵੀ ਅੱਜ ਹੀ ਜਾਨਵਰ ਆਏ ਆ, ਕਈ ਵਾਰ ਸਫ਼ਰ ਦਾ ਵੀ ਕਰ ਜਾਂਦੇ ਆ ਇਸ ਲਈ 10 ਮੰਨ ਕੇ ਆਇਓ। ਅਤੇ ਊਂ ਬਾਈ ਚਵਾਈ ਚੁਈ ਦੀ ਕਿਵੇਂ? ਜਮਾਂ ਓਕੇ ਆ ਬਾਈ, ਇਹਦੀਆਂ ਵੀ ਧਾਰਾਂ ਮਾਰ ਦਾਂਗੇ ਆਪਾਂ। ਠੀਕ ਹੈ ਦੋਸਤੋ, ਕੱਦ ਘੱਟ ਇਹਦਾ ਵੀ ਚੰਗਾ, ਹਵਾਨੀ ਤਾਂ ਰੁੱਖ ਇਹਦਾ ਵੀ ਸੋਹਣਾ ਗਾ। ਬਾਕੀ ਜੇ ਆਪਾਂ ਜਾਤ ਕੁਆਲਿਟੀ ਚੈੱਕ ਕਰ ਲਈਏ ਬਿਊਟੀ ਦੇ ਪੱਖ ਤੋਂ, ਉਹਦੇ ਪਾਸੋਂ ਵੀ ਤੁਹਾਨੂੰ ਕੋਈ ਕਮੀ ਨਹੀਂ ਮਿਲਣੀ। ਫੇਸ ਕੁਆਲਿਟੀ ਚੈੱਕ ਕਰ ਲਓ, ਫੇਸ ਦੇ ਪੱਖ ਤੋਂ ਵੀ ਚੰਗੀ ਆ, ਰੰਗ ਰੂਪ ਇਹਦਾ ਵੀ ਸੋਹਣਾ, ਬਾਡੀ ਢਾਂਚਾ ਵੀ ਸੋਹਣਾ ਹੈਗਾ, ਥਣਾਂ ਦੇ ਸਾਈਜ਼ ਵੀ ਤੁਹਾਨੂੰ ਦਿਖਾ ਰਹੀ, ਥਣਾਂ ਦੇ ਸਾਈਜ਼ ਵੀ ਚੈੱਕ ਕਰ ਲਓ, ਥਣਾਂ ਦੇ ਸਾਈਜ਼ ਵੀ ਸੋਹਣੇ, ਹਵਾਨਾ ਵੀ ਸੋਹਣਾ ਤਿਆਰ ਕੀਤਾ ਹੋਇਆ। ਕੈਮਰਾ ਆਪਾਂ ਲਗਭਗ ਕਲੋਜ਼ ਹੀ ਆ, ਉਸ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਹੀ ਜਾਣਾ ਵੀ ਜਾਨਵਰ ਕਿੰਨਾ ਠੰਡਾ ਸੀ, ਉਸ ਵੀ ਮਾਰ ਦੀ ਧਾਰਾਂ, ਧਾਰਾਂ ਵੀ ਮਾਰ ਕੇ ਤੁਹਾਨੂੰ ਬਾਈ ਦਿਖਾ ਲਓ, ਚੈੱਕ ਕਰ ਲਓ ਬਾਈ ਨੇ ਧਾਰਾਂ ਤੁਹਾਡੇ ਸਾਹਮਣੇ ਮਾਰਤੀਆਂ। ਮੋਟੀ ਧਾਰ ਆ, ਠੰਡੀ ਸੀਲ ਫੁੱਲ ਆ, ਕੱਦ ਘੱਟ ਇਹਦਾ ਵੀ ਚੰਗਾ, ਬਿਊਟੀ ਦੇ ਪੱਖ ਤੋਂ ਵੀ ਚੰਗੀ ਆ, ਅਤੇ 10 ਕਿਲੋ ਦੁੱਧ ਮੰਨ ਕੇ ਆ ਜਾਓ। ਸੂਈ ਦਾ ਹੁਣ ਸਮਾਂ ਤੁਸੀਂ ਲਾ ਲੈਣਾ, 2 ਕੁ ਮਹੀਨੇ ਬਾਈ ਇਹਦਾ ਵੀ ਮਾਲਕਾਂ ਨੇ ਦੱਸਿਆ ਹੋਈ ਹੈ ਸੂਈ, ਅਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਫਿਰ, ਇਹਦਾ ਰੇਟ ਇਹਦਾ 30 ਚੋਂ ਮਾਨਤਾ ਨਹੀਂ ਹੋਣਾ ਬਾਈ? ਅੱਛਾ, ਇਹਦਾ 30 ਚੋਂ ਮਾਨਤਾ ਨਹੀਂ ਹੋਣਾ ਬਸ। ਠੀਕ ਆ, ਅੱਜ ਦੀ ਵੀਡੀਓ ਵਿੱਚ ਦੋਸਤੋ ਬਾਈ ਕੋਲ 2 ਨਾਗਾ, 1 ਨੰਬਰ 27,000 ਚੋਂ ਮਾਨਤਾਨ ਹੋ ਜਾਊਗਾ ਅਤੇ 2 ਨੰਬਰ 30 ਚੋਂ ਮਾਨਤਾਨ ਹੋ ਜਾਊਗਾ, ਦੋਨੇ ਵਿਹੜਾ ਸੁਨੱਖੀਆਂ। ਜਿਹੜਾ ਜਾਨਵਰ ਤੁਹਾਨੂੰ ਪਸੰਦ ਆਵੇ ਬਾਈ ਨਾਲ ਸੰਪਰਕ ਕਰ ਲਿਓ, ਬਾਈ ਦਾ ਨੰਬਰ ਸਕਰੀਨ 'ਤੇ ਚੱਲਦਾ ਰਹਿਣਾ ਹੈਗਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ, ਵੀਡੀਓ ਦੇਖਣ ਲਈ ਧੰਨਵਾਦ।